केंद्र सरकार वालों जारी आर्डीनेंस बिलों को लेकर पंजाब के किसानों वालों लगातार विरोध जारी है, जिथे किसान पंजाब रेलवे ट्रैकों पर बैठे हैं। उत्थे हुण किसानों वालों संघर्ष तेज करते हुए भाजपा आगुआं के घर अगे धरना प्रदर्शन शुरू कर दिए ने, जिसकी ताज़ा मिसाल नाभा में देखने को मिली, जिथे कि किसान यूनियन उगराह वालों नाभा शहर में भाजपा आगू सुरेंद्र गर्ग की रिहायश के नेड़े पक्का टेंट लगा के दिन रात का अणमिथे समय लिए धरना लगा दिता गया है। किसानों ने कहा कि असी उदों तक अपना धरना लगातार जारी रखांगे जब तक मोदी सरकार आर्डीनेंस बिल वापस नहीं लेंदी। किसानों ने कहा कि यह आर्डीनेंस बिल जो कि असी किसी भी कीमत पर पंजाब च लागू नहीं होने देवांगे। ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਘਰਾਂ 'ਚ ਦੁਖੀ ਹੋ ਕੇ ਬੈਠੇ ਧਰਨੇ ਤੇ ਬੈਠੇ ਹਾਂ। ਸਾਡਾ ਕਾਨੂੰਨ ਜਿੱਥੇ ਲਈ ਸਮੇਂ ਨਹੀਂ ਤੋੜਦਾ, ਪਹਿਲਾਂ ਸਾਡਾ ਰੇਲ ਲਾਈਨ ਤੇ ਜਿਹੜਾ ਤਬਦੀਲ ਕਰਿਆ, ਆਉਣ ਵਾਲੇ ਸਮੇਂ 'ਚ ਜੇ ਸਾਡੀ ਮੰਗਾਂ ਨਹੀਂ ਪੂਰੀਆਂ ਕਰੀਆਂ ਜਾਣਗੀਆਂ, ਮੋਦੀ ਸਰਕਾਰ ਸਾਡੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ। 156 ਰੁਪਏ ਪਰ ਕੁਇੰਟਲ ਹੋ ਸਕਦਾ ਖਰੀਦ ਹੈ, ਜੇ ਹੁਣ ਮੰਨ ਲਓ ਅਸੀਂ ਇੱਕ ਵੀ ਸੀਟ ਨਹੀਂ ਲੈਣ ਦਿੰਦੇ, ਅਸੀਂ ਆਪਦਾ ਸੰਘਰਸ਼ ਅਸੀਂ ਆਪਦਾ ਲੋਕ ਰਾਜ ਕਰਾਂਗੇ, ਅਸੀਂ ਆਪਦਾ ਸਾਡਾ ਮੰਗਾਂ ਦਾ ਮੋਢਾ ਜੋੜ ਕੇ ਅਸੀਂ ਮਾਈ ਭਾਗੋ ਦੀਆਂ ਤਾਰ ਸਾਂ, ਅਸੀਂ ਇੱਥੇ ਦਿੱਲੀ ਨੂੰ ਬੁਲਾਵਾਂਗੇ, ਦਿੱਲੀ ਦਾ ਧਰਨਾ ਅਸੀਂ ਦਿੱਲੀ ਜਿੰਨਾ ਚਿਰ ਸਾਡੀਆਂ ਮੰਗਾਂ ਨੀ ਪੂਰੀਆਂ ਕਰਦੇ ਅਸੀਂ ਨਹੀਂ ਜਾਵਾਂਗੇ। ਜਦੋਂ ਪੂਰੀ ਲੋਕ ਤਾਕਤ ਉੱਠੀ ਹੋਈ ਆ ਪੰਜਾਬ ਦੇ ਲੋਕ ਰੱਦ ਕਰਾਉਣ ਵਾਸਤੇ ਬੈਠੇ ਨੇ ਸੜਕਾਂ ਤੇ, ਤਾਂ ਇਹਨੂੰ ਰੱਦ ਕਰ ਦੇਣੇ ਚਾਹੀਦੇ ਨੇ, ਨਹੀਂ ਕਰਨਗੇ ਤਾਂ ਡੰਡੇ ਨਾਲ ਕਰਾਵਾਂਗੇ, ਧੱਕੇ ਨਾਲ ਹੋਣਗੇ ਰੱਦ, ਕਿਉਂਕਿ ਲੋਕਾਂ ਨੇ ਘਰੇ ਨਹੀਂ ਜਾਣਾ ਹੈਗਾ। ਲੋਕ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਘਰਾਂ 'ਚ ਨਹੀਂ ਜਾਣਗੇ, ਤਿਉਹਾਰ ਵੀ ਸੜਕਾਂ 'ਤੇ ਮਨਾਉਣਗੇ, ਘਰ ਬਾਰ ਛੱਡ ਕੇ ਲੋਕ ਸੜਕਾਂ 'ਤੇ ਮਜਬੂਰ ਕਰ ਬਿਠਾਉਣ ਲਈ ਸਰਕਾਰਾਂ ਨੇ ਮਜਬੂਰ ਮੋਦੀ ਮਰ ਗਿਆ ਮੋਦੀ ਮਰ